बिस्मिल्लाहिर्रहमानिर्रहीम। अस्सलाम वालेकुम वेरिया, ਤੁਸੀਂ ਆਪਣਾ ਸਰਕੀਆਂ ਚੈਨਲ ਦਾ ਮੈਂ ਤੁਹਾਡਾ ਮੇਜ਼ਬਾਨ ਦੇਖਾਂ ਰਮਾਬਤ ਰਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਜ਼ਰੂਰ ਵੀ ਦਾ ਉਮੀਦ ਕਰਦਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਹੈ ਭਾਈ ਜ਼ਹਿਰ ਬੱਟ ਦੀ ਵੀਡੀਓ ਜਿਹੜਾ ਨਾ ਬਣਨ ਲੱਗੀ ਹੈ, ਵੀਡੀਓ ਸੋਮਵਾਰ ਵਾਲੀ ਜਿਹੜਾ ਇਹਨਾਂ ਦੀ ਵੀਡੀਓ ਬਣਨ ਲੱਗੀ ਹੈ। ਬਾਕੀ ਵੀਡੀਓ ਦਾ ਐਡਰੈਸ ਹੈਂਜੇ ਕਿ ਜ਼ਿਲ੍ਹਾ ਜਿਹੜਾ ਜੀ ਗੁਜਰਾਤ ਹੈ ਤਾਂ ਸੇਲ ਵੀ ਗੁਜਰਾਤ ਹੈ, ਪਿੰਡ ਜਿਹੜਾ ਜੀ ਇਹਨਾਂ ਦਾ ਚੱਕ ਜੋ ਦਾ ਲੋਕੇਸ਼ਨ ਹਰ ਵੀਡੀਓ ਦੇ ਵਿੱਚ ਦੱਸੀ ਦੀ ਹੈ। ਕਿਸੇ ਵੀ ਭਰਾਵਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਕੁੰਜਾ, ਔਰ ਕੁੰਜਾ ਦੇ ਨਾਲ ਜਿਹੜਾ ਨਾ 2 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ, ਇਹ ਇਹਨਾਂ ਦੇ ਲੋਕੇਸ਼ਨ ਹੈ। ਬਾਕੀ ਜਿਹੜੀ ਗੱਲਬਾਤ ਹੈ ਨਾ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਨਾ ਇਹ ਇੱਕ ਹੀ ਝੋਟੀ ਹੈ ਜਿਹੜੀ ਉਹ ਲਾਣੀ ਹੈ, ਤੇ ਲੇਕਿਨ ਗੱਲਬਾਤ ਜਿਹੜੀ ਹੈ ਨਾ ਇਹ ਅੱਜ ਆਫਜ਼ਰਾਨਾ ਕਰਨੀ ਹੈ, ਕਿਉਂਕਿ ਆਫਜ਼ਰਾਨਾ ਕੋ ਜਿਹੜਾ ਨਾ ਇਹਦੀ ਗੱਲਬਾਤ ਸਾਰੀ ਪੁੱਛਣੀ ਹੈ। ਭਾਈ ਜ਼ਹਿਰ ਜਿਹੜਾ ਨਾ ਅੱਜ ਆਪੋ ਡੇਰੇ ਦੇ ਨਹੀਂ ਮੌਜੂਦ, ਬਾਕੀ ਇਨਸ਼ਾਅੱਲਾ ਗੱਲਬਾਤ ਜਿਹੜੀ ਹੈ ਉਹ ਆਫਜ਼ਾਬ ਤੋਂ ਪੁੱਛ ਲੈਣੇ। ਜਿਹੜੇ ਵੀ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣ। ਵਾਰ ਅੱਜ ਸੋਮਵਾਰ ਹੈ, ਤਾਰੀਖ ਵੀ ਬਣਦੀ ਹੈ 11 ਮਹੀਨਾ 12ਵਾਂ ਤੇ 2023। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਤੱਕੇ ਜਿਹੜਾ ਨਾ ਵੀਡੀਓ ਕਰਨੇ ਆ ਜੀ ਜ਼ਰੂਰ। ਸਭ ਤੋਂ ਪਹਿਲਾਂ ਤੇ ਵਜ਼ਾਹਤ ਕਰਨੀ ਹੈ ਕਿ ਬੜੇ ਸਾਰੇ ਭਰਾ ਇੰਤਜ਼ਾਰ ਵਿੱਚ ਹੁੰਦੇ ਨੇ ਕਿ ਸੋਮਵਾਰ ਨੂੰ ਵੀ ਔਰ ਜੁੰਮੇ ਨੂੰ ਜਿਹੜਾ ਨਾ ਇਹ ਭਾਈ ਜ਼ਹਿਰ ਦਾ ਚਿਹਰਾ ਔਰ ਉਹਨਾਂ ਦਾ ਮਾਲ ਜਿਹੜਾ ਨਾ ਇਹ ਭਰਾ ਵੇਖਣ ਵਾਸਤੇ ਇੰਤਜ਼ਾਰ ਕਰਦੇ ਨੇ। ਕਿ ਵਜ੍ਹਾ ਅੱਜ ਭਾਈ ਜ਼ਹਿਰ ਕਿੱਧਰ ਨੇ? ਉਹ ਨਾ ਮਾਲ ਲਿਆ ਸਾਨੇ ਤੇ ਗੱਡੀ ਦਾ ਕੋਈ ਥੋੜਾ ਜਿਹਾ ਨਾ ਮਸਲਾ ਬਣ ਗਿਆ, ਇੱਥੇ ਲੇਟ ਹੋ ਗਏ ਨੇ। ਠੀਕ ਹੈ, ਤੋ ਫਿਰ ਆਂਦੇ ਨੇ ਚੱਲ ਤੂੰ ਲਾ ਛੱਡ ਜਿਹੜੀ ਇੱਕ ਹੈ, ਬਾਕੀ ਜੇ ਸ਼ਾਮ ਥੋੜੀ ਅਸੀਂ ਹੋ ਸਕਦਾ ਪਹੁੰਚ ਜਾਵਾਂਗੇ, ਤੇ ਫਿਰ ਕਿਉਂਕਿ ਵੀਡੀਓ ਦੇ ਟਾਈਮ ਤੱਕ ਪੁੱਜ ਨਹੀਂ ਸਕਦੇ, ਕੰਮ ਲੇਟ ਹੋ ਜਾਣਾ। ਠੀਕ ਹੋ ਗਿਆ ਜੀ। ਫਿਰ ਮੇਰਾ ਨਾ ਤੂੰ ਜਿਹੜੀ ਇੱਕ ਹੈ ਵਿੱਚ ਚੱਲ ਲਾ ਛੱਡ, ਚਲੋ ਜੇ ਕਿਸੇ ਦੇ ਪਸੰਦ ਆਏ ਤੇ, ਬਾਕੀ ਜਿਹੜੀ ਜੇ ਕਿਸੇ ਸ਼ਾਮੀ ਰਾਬਤਾ ਕੀਤਾ ਕੋ ਸਵੇਰੇ, ਠੀਕ ਹੈ, ਫਿਰ ਉਹ ਆਪ ਵਹਾ ਕੇ ਜੇ ਕੁਝ ਵੀ ਨਿਜ਼ਾਮ ਬਣਿਆ ਫਿਰ ਕਰ ਲਾਂ। ਵੈਰੀ ਗੁੱਡ ਜੀ। ਲੋ ਜੀ ਕਿੰਨੀਆਂ ਮੱਝਾਂ ਉਹਨਾਂ ਖਰੀਦੀਆਂ ਨੇ? ਉਹਨਾਂ ਮਾਲ ਤਕਰੀਬਨ ਰਿਹਾ ਜੇ ਮੈਨੂੰ ਸ਼ੱਕ ਕੋਈ 5 ਮੱਝਾਂ ਜਿਹੜੇ 2 ਗਾਵਾਂ। ਠੀਕ ਹੋ ਗਿਆ ਜੀ। 7 ਜਾਨਵਰ। ਲੋ ਜੀ 7 ਉਹਨਾਂ ਨੇ ਖਰੀਦੇ ਨੂੰ ਸ਼ਾਮ ਤੱਕ ਪੁੱਜਾਉਣਾ। ਉਹ ਕਿਸੇ ਵੀ ਭਰਾ ਨੂੰ ਚਾਹੀਦੇ ਹੋਇਆ ਤੁਹਾਡੇ ਨਾਲ WhatsApp ਤੇ ਰਾਬਤਾ ਕਰ ਲੈਣਗੇ, ਵੀਡੀਓ ਮੰਗਾ ਲੈਣਗੇ ਜਾਂ ਡੇਰੇ ਦੇ ਟੂਰਾਂ ਤੇ ਆ ਜਾਣ ਤੇ ਬਾਕੀ ਫਿਰ ਚਲੋ ਜੇ ਮੇਰੀ ਤਰਫੋਂ ਬੱਟ ਬਰਾਦਰਾਂ ਦੀ ਤਰਫੋਂ ਜਿਹੜੇ ਨੇ ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਣ ਵਾਲੇ ਨੇ ਨਾ ਉਹਨਾਂ ਸਾਰਿਆਂ ਨੂੰ ਸਲਾਮ ਮਿਲੋ ਜੀ। ਆਪਸ ਆਪ ਦੂਜੇ ਨੇ ਨਾ ਝੋਟੀ ਦੂਜਾ ਸੁਬਾ ਭਾਈ ਨਿਸ਼ਾਨ ਇਹਨੇ ਲਿਆ ਵੇ। ਠੀਕ ਹੈ, ਲਾ ਸੁਆ ਦੀ ਹੱਦ ਮੁੱਕੀ ਹੋਵੇ ਦੀ। ਠੀਕ ਹੈ, 100 ਸੀਰ ਬੜੀ ਹੈ। ਆਪਸ ਇੱਧਰ ਵੇਖੋ ਜੀ ਇੱਕ ਵਾਰੀ WhatsApp ਜਿਹੜਾ ਨਾ ਇਹ ਬਲਾਲ ਵਾਲ ਜਿਹੜਾ ਨਾ ਲੋ ਜੀ ਆਪਸ ਆਪ ਕਿੰਨੀਆਂ ਚੁਆਈਆਂ ਜੀ ਕੀਤੀ ਇਹਦੀ, ਹੁਣ ਚੌਥੀ ਚੁਆਈ ਕਰਨੀ ਹੈ। ਠੀਕ ਹੈ, ਤੇ ਉਹ ਬਹਾਨੇ ਕੱਟੀ ਨਹੀਂ ਜੇ ਮਗਰ ਕੱਟੀ ਸੱਚਦੀ ਹੈ ਤੇ ਦੁੱਧ ਜਿਹੜਾ ਨਾ ਤਕਰੀਬਨ ਟਾਈਮ ਦਾ 4.5 ਕਿਲੋ ਚੁਆਂਦੀ ਹੈ ਜੀ। ਠੀਕ ਹੋ ਗਿਆ ਜੀ, ਚੌਥੀ ਚੁਆਈ ਹੁਣ ਕਰਨੀ ਹੈ। ਚੌਥੀ ਚੁਆਈ ਕਰਨੀ ਹੈ ਲੋ ਜੀ, 3 ਚੁਆਈਆਂ ਕੀਤੀਆਂ ਨੇ, ਚੌਥੀ ਚੁਆਈ ਜਿਹੜਾ ਹੈ ਨਾ ਫਿਰ ਤੇ ਝੋਟੀ ਦੀ ਕਰਨੀ ਹੈ। ਮਗਰ ਇਹਦੇ ਜਨਾਬ ਕੱਟੀ ਹੈ, ਪੱਲੀ ਹੈ, ਪਿਛਲੇ ਪੈਰ ਜਿਹੜੇ ਨਾ ਦੋਵੇਂ ਧੁੱਜੇ ਨੇ, ਲਬਾਸ ਥਣ ਪੁੱਠਾ ਅੱਡੀ ਜਿਹੜੀ ਹੈ ਨਾ ਇਹ ਭਰਾਵਾਂ ਨੇ ਚੈੱਕ ਕਰ ਲੈਣੀ ਹੈ, ਪੁਸ਼ਲ ਬਿਲਕੁਲ ਬਰੀਕ ਜਿਹੜਾ ਹੈ ਨਾ। ਆਪ ਸਭ ਪਹਿਲੀ ਚੁਆਈ ਦੀ ਕਿੰਨੀ ਕੁ ਬੋਲੀ ਹੋਈ? ਪਹਿਲੀ ਚੁਆਈ ਦੀ ਤਕਰੀਬਨ ਹੈ ਹਜੇ 4.5 ਕਿਲੋ। ਠੀਕ ਹੋ ਗਿਆ ਜੀ, ਹੁਣ ਟਾਈਮ ਦਾ 4.5 ਕਿਲੋ ਦੀ ਚੁਆਂਦੀ। ਵੈਰੀ ਗੁੱਡ ਜੀ, ਚੁਆਂਦੀ ਹੈ ਮੈਂ ਨੋਂ ਜੀ ਬਿਲਕੁਲ ਅੱਲਾ ਦੇ ਫਜ਼ਲ ਨਾਲ ਨਿੰਬੂ ਹੋਵੇ ਦਾ ਪੂਰਾ ਜੀ। ਠੀਕ ਹੈ, ਚਰਕੀ ਚਾਰੀ ਬੜੀ ਹੈ, ਸੋ ਸਰੀਲੇ ਲਾ ਚਵਾ ਹੁਣ ਥੱਲੇ ਕੱਟੀ ਲਾ ਕੇ ਤੁਹਾਨੂੰ ਧਾਰ ਮਾਰ ਕੇ ਬਹਾਨੇ ਆਈ ਜਿੱਕਣ ਥਣ ਮੋਟਾ ਇੰਜ ਚਵਾ ਇੰਜ ਚਵਾਈ ਹੋਵੇਗੀ। ਫਿਰ ਪਸ਼ਮ ਜਿਹੜਾ ਨਾ ਚੈੱਕ ਕਰਨੀ ਹੈ ਬੜੀ, ਮੈਂ ਨਾ ਕੀ ਆ ਵੇਖੋ ਦੇ ਲੋ ਜੀ ਮੂੰਹ ਦੀ ਵੀ ਸੋ ਦੰਦਾਂ ਦੀ ਵੀ ਜਿਹੜਾ ਹੈ ਨਾ ਇਹ ਵੀ ਤਸੱਲੀ ਕਰ ਲੈਣੀ ਹੈ। ਅੱਖਾਂ ਚੈੱਕ ਕਰਨੀਆਂ ਨੇ ਦੋਵੇਂ ਇੱਕੋ ਜਿਹੀਆਂ, ਇਹ ਸਿੰਘ ਚੈੱਕ ਕਰ ਲੈਣਾ, ਵੇਲ ਚੈੱਕ ਕਰ ਲੈਣੀ ਹੈ, ਆਈਡੀ ਜਿਹੜੀ ਹੈ ਨਾ ਉਹ ਸੋਨਾ ਹੋਵੇ ਦਾ ਜੱਲਾ ਦਾ ਫਜ਼ਲ ਬੜੀ ਖਰੀ ਹੈ। ਮੈਂ ਨਾ ਠੀਕ ਹੋ ਗਿਆ ਲੋ ਜੀ, ਆਪਾ ਸਾਹਿਬ ਬਿਸਮਿਲ੍ਲਾ ਪੜੋ ਜੇ ਕਿਸੇ ਭਰਾ ਨੂੰ ਪਸੰਦ ਆਵੇ ਨਾ, ਇਹ ਜਨਾਬ ਨੇ ਕਿੰਨੇ ਦੀ ਝੋਟੀ ਦੇ ਸਕਣੀ ਹੈ? ਇਹ ਪਿਆਰਿਓ ਮੁੱਲ ਛੁੱਲ ਕੋ ਨੀ, ਮੁੱਲ ਭਾਵੇਂ ਪੌਣੇ 4 ਵੀ ਲਾ ਲਈਏ, ਠੀਕ ਹੈ, 63 ਵੀ ਲਾ ਲਈਏ, ਕਿਹੜਾ ਅੱਲਾ ਪਾਕ ਮਾਫੀ ਤੇ ਝੋਟੀ ਬੜੀ ਸੁਥਰੀ ਹੈ। ਠੀਕ ਹੋ ਗਿਆ ਜਨਾਬ, ਤੇ ਉਹ ਜਿਹੜੇ ਭਰਾ ਦੇ ਪਸੰਦ ਹੋਈ ਨਾ ਜੀ ਇੰਨੀ ਜਾਇਦ ਜਾਂ ਬਿਲਕੁਲ ਇੰਨੀ ਸਮਝਾ ਜਵਾਬ
मगर भी चौथी चवाई हूं कर ठीक हो गया जी जिस भरा नु पसंद आवे 3,35,000 जनाब झोटी दे सड़नी है नंबर जेड़ा है ना ये अगे भी अलहमदुलिल्लाह तुसी वेखदे पियो कि आप साहब दे जेड़ा है ना नंबर स्क्रीन ते लगदे ने जिहड़ी किसे भरा नु पसंद आवे आप साहब नाल राबता करके अपना सौदा जेड़ा है ओह पैन कर लेना ते बाकी अल्लाह पाक रखे खैर एक ही झोटी है जनाब वहा सड़ी है दूजियां दा जेड़ा है ना ओह राबता आप साहब नाल कर लेना शामा तक जेड़ा है ना पुज आवेगा जेड़ा है ना पिछलियां जेड़ियां मझां ने ना जी ओह पहला दसे कोई नहीं देनी नहीं दिया ठीक है एक ते तुहाडा सलाम है अज मोहम्मद अशरफ बरनाला खड़बूजा जी बिल्कुल ओ ना चले ने उमरे तो ना था बाजी खसूसी जड़ा ना मेरा सलाम भी देना ठीक हो गया जनाब अल्लाह पाक खैर ना सानू खड़े दे ले उन्होंने पैगाम भी देना थी कि जाके उत्ते मक्के दे मदीने ये साडे वास्ते दुआ कर लेनी है बाकी सारा कोई भी जा जाएगा चा जेदा जेड़ी पूरी झोटी सी ओ भाई निशान तुहाडे हमनाम ने गुजर आलम कीम ने फ्रांस ठीक है पिछो गुजरा ले देना माशाल्लाह जी निशान गुजर उन्होंने नाम है ठीक है जनाब लो जी एक मई तो लै गए जेडी वड्डी काली झोटी सी खड़ी जे चप्पी जेड़ी खड़ी गई है अख्तर ने खड़ी है जी ठीक हो गया दूजिया दो मजा जेड़िया ने ना नहीं रेल विच आउंदा जी बाकी अल्लाह दे फज़ल नाल सारा माल बिक गया ठीक हो गया लो जी ए जिन्ने भी भरा जेड़ा है ना माल लैके गए उन्हां सारिया दा जनाब असीं शुक्रिया अदा करदे हां जी मां साडे इक वारी जेड़ा ना ते पन्नो सोचेड़ा है ना ए धारदार वहा के ते फिर अल्लाह पाक रखे खैर ते वीडियो जेड़ा ना ए वीडियो जेड़ा ना करांगे खत्म उम्मीद करां दा इंशाल्लाह भरावां नु वीडियो पसंद आवेगी लाइक भी करो दे शेयर भी करो दे इसे वीडियो दे नाल दी इजाजत इंशाल्लाह अगले वीडियो दे नाल फेर हाजिर होवांगे नारा मारना जी पाकिस्तान जिंदाबाद पाकफोर्ट जिंदाबाद नारा हैदरी जय